ਸੋ ਬਲੈਕ ਫਰਾਈਡੇ ਤੇ ਜਿਹੜੀਆਂ ਇੰਨੀਆਂ ਅਮੇਜ਼ਿੰਗ ਡੀਲਸ ਆ ਰਹੀਆਂ ਆ ਉਹਦੇ ਲਈ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਕੁਐਰੀਜ਼ ਆ ਰਹੀਆਂ ਉਹ ਆ ਰਹੀ ਹੈਗੀ ਆ ਕਿ ਫ੍ਰੀ ਗਿਫਟਸ ਕਿਆ ਕਿਆ ਮਿਲ ਰਹੇ ਆ ਸੋ ਲੈਟ ਮੀ ਸ਼ੋ ਯੂ ਆਲ ਦਾ ਫ੍ਰੀ ਗਿਫਟਸ ਅੱਜ ਮੈਂ ਤੁਹਾਨੂੰ ਸਾਰੇ ਫ੍ਰੀ ਗਿਫਟਸ ਕਿਉਂਕਿ ਮੈਂ ਆਪਣੇ ਲਈ ਅਲਟੀਮੇਟ ਪੈਕ ਆਰਡਰ ਕੀਤਾ ਆ ਅਲਟੀਮੇਟ ਪੈਕ ਦੇ ਵਿੱਚ ਕੀ ਆਉਂਦਾ ਆ ਉਹ ਮੈਂ ਤੁਹਾਨੂੰ ਬਾਅਦ ਚੋਂ ਦੱਸੂੰਗੀ ਪਹਿਲਾਂ ਮੈਂ ਉਹਦੇ ਨਾਲ ਮੈਨੂੰ ਫ੍ਰੀ ਗਿਫਟਸ ਕੀ ਆਏ ਆ ਉਹ ਸਾਰੇ ਤੁਹਾਨੂੰ ਦਿਖਾ ਦਵਾਂ ਸੋ ਆਮ ਸੁਪਰ ਐਕਸਾਈਟਿਡ ਟੂ ਓਪਨ ਦਿਸ ਬਾਕਸ ਜਿਹੜਾ ਗਿਫਟਸ ਦੇ ਨਾਲ ਭਰਿਆ ਹੋਇਆ ਸੋ ਹੋਲੀਡੇ ਸੀਜ਼ਨ ਇਜ਼ ਆਲਰੇਡੀ ਹੇਅਰ ਸੋ ਤੁਸੀਂ ਕੀ ਕੀ ਡਿਸਾਈਡ ਕੀਤਾ ਇਸ ਵਕਤ ਕਿਹੜੇ ਕਿਹੜੇ ਪੈਕੇਜਸ ਲੈਣੇ ਆ ਅਤੇ ਕਿਹੜੇ ਕਿਹੜੇ ਫ੍ਰੀ ਗਿਫਟਸ ਲੈਣੇ ਆ ਸੋ ਮੇਰਾ ਟੇਬਲ ਤਾਂ ਫੁੱਲ ਹੋ ਰਿਹਾ ਆ ਫ੍ਰੀ ਗਿਫਟਸ ਦੇ ਨਾਲ ਹੈ ਕਿ ਨਹੀਂ ਅਮੇਜ਼ਿੰਗ ਸੋ ਇੱਕ ਹੋਰ ਚੀਜ਼ ਜਿਹੜੀ ਮੈਂ ਸ਼ੋਅ ਕਰਨੀ ਆ ਉਹ ਹੈਗਾ ਆ ਨਿਊ ਫਲੇਵਰ ਟ੍ਰਿਮ ਦਾ ਜਿਹੜਾ ਮੈਨੂੰ ਤਾਂ ਬਹੁਤ ਪਸੰਦ ਆਇਆ ਟ੍ਰਿਮ ਦਾ ਸਾਲਟਿਡ ਕੈਰਮਲ ਇਟਸ ਯਮੀ ਔਰ ਉਹਦੇ ਨਾਲ ਜਿਹੜਾ ਫ੍ਰੀ ਸਪੂਨ ਆ ਰਿਹਾ ਆ ਉਹ ਇਸ ਵਾਰ ਆ ਰਿਹਾ ਆ ਗੋਲਡ ਸੋ ਜੇ ਤੁਸੀਂ ਸਪੂਨ ਦੀ ਕਲੈਕਸ਼ਨ ਕਰ ਰਹੇ ਆ ਤਾਂ ਦਿਸ ਇਜ਼ ਦਾ ਟਾਈਮ ਟੂ ਗੈਟ ਦਾ ਨੈਕਸਟ ਸਪੂਨ ਹੇਅਰ ਯੂ ਗੋ ਸੋ ਇਹ ਹੈਗਾ ਆ ਫਸਟ ਫ੍ਰੀ ਗਿਫਟ ਐਂਡ ਦੈਨ ਆਈ ਗੋਟ ਮੋਡੇਅਰ ਦੇ ਗਿਫਟ ਬੈਗਸ ਸੋ ਮੈਂ ਆਪਣੇ ਫਰੈਂਡਸ ਨੂੰ ਜਿਹਨਾਂ ਨੂੰ ਵੀ ਗਿਫਟ ਦੇਣਾ ਚਾਹੁੰਦੀ ਹਾਂ ਤਾਂ ਉਹ ਮੋਡੇਅਰ ਦੇ ਗਿਫਟ ਬੈਗਸ ਦੇ ਵਿੱਚ ਵੀ ਦੇ ਸਕਦੀ ਹਾਂ ਐਂਡ ਦੈਨ ਆਈ ਗੋਟ ਦਿਸ ਟਰੈਵਲ ਕੇਸ ਇਹ ਵੀ ਬਹੁਤ ਹੈਂਡੀ ਆ ਬਿਕੋਜ਼ ਮੈਂ ਟਰੈਵਲ ਬਹੁਤ ਕਰਦੀ ਹਾਂ ਸੋ ਇਹ ਕਲੀਅਰ ਕੇਸ ਆ ਇਹਦੇ ਵਿੱਚ ਅੱਛਾ ਕਾਫੀ ਮੈਂ ਆਪਣਾ ਕੋਸਮੈਟਿਕ ਜਾਂ ਆਪਣੀਆਂ ਟੋਇਲੇਟਰੀਜ਼ ਇਹਦੇ ਵਿੱਚ ਪਾ ਸਕਦੀ ਹਾਂ ਸੋ ਇਟਸ ਅ ਨਾਈਸ ਕੇਸ ਐਂਡ ਮੋਡੇਅਰ ਬ੍ਰਾਂਡਿਡ ਕੇਸ ਆ ਆਈ ਰੀਅਲੀ ਲਵ ਇਟ ਐਂਡ ਦੈਨ ਆਈ ਗੋਟ ਦੀਸ ਕਿਊਟ ਫੇਸ ਟੋਵਲਸ ਮੋਡੇਅਰ ਬ੍ਰਾਂਡਿਡ ਫੇਸ ਟੋਵਲਸ ਅਮੇਜ਼ਿੰਗ ਇਹ ਹੈਗਾ ਬੈਂਬੂ ਹੇਅਰ ਬਰੱਸ਼ ਦਿਸ ਇਜ਼ ਵਨ ਆਫ ਮਾਈ ਫ੍ਰੀ ਗਿਫਟ ਸੋ ਬੈਂਬੂ ਬੋਡੀ ਬਰੱਸ਼ ਸੋ ਬੋਡੀ ਬਰੱਸ਼ ਜੇ ਤੁਸੀਂ ਡਰਾਈ ਬਰੱਸ਼ਿੰਗ ਕਰਦੇ ਹਾਂ ਬੋਡੀ ਦੀ ਇਟਸ ਅਮੇਜ਼ਿੰਗ ਬਹੁਤ ਅੱਛੀ ਹੁੰਦੀ ਹੈ ਜੇ ਨਹੀਂ ਕਰਦੇ ਤਾਂ ਕਰਿਆ ਕਰੋ ਐਂਡ ਦੈਨ ਆਈ ਗੋਟ ਦ ਬੈਂਬੂ ਸੋਪ ਡਿਸ਼ ਦੈਟਸ ਆਲਸੋ ਵੈਰੀ ਪ੍ਰੀਟੀ ਸੋ ਤੁਸੀਂ ਮੋਡੇਅਰ ਦਾ ਸੋਪ ਰੱਖ ਸਕਦੇ ਹਾਂ ਇਹਦੇ 'ਤੇ ਸੋ ਲੈਟ ਮੀ ਜਸਟ ਲੀਵ ਇਟ ਕ੍ਰੋਸ ਬੋਡੀ ਬੈਗ ਇਹ ਵੀ ਮੇਰੇ ਟਰੈਵਲਿੰਗ ਲਈ ਕੰਮ ਆਊਗਾ ਸੋ ਇਟਸ ਅ ਨਾਈਸ ਬੈਗ ਜੇ ਈਵਨ ਪਾਸਪੋਰਟ ਟਿਕਟਸ ਵਗੈਰਾ ਇਹ ਸਭ ਕੁਛ ਰੱਖਣਾ ਹੋਵੇ ਤਾਂ ਜਾਂ ਫਿਰ ਥੋੜ੍ਹਾ ਬਹੁਤ ਸਮਾਨ ਰੱਖਣਾ ਹੋਵੇ ਉਹਦੇ ਵਿੱਚ ਸੈਕਸ਼ਨਸ ਵੀ ਬਣੇ ਹੋਏ ਆ ਸੋ ਦਿਸ ਇਜ਼ ਨਾਈਸ ਮੋਡੇਅਰ ਬ੍ਰਾਂਡਿਡ ਕ੍ਰੋਸ ਬੋਡੀ ਬੈਗ ਦਿਸ ਇਜ਼ ਆਮ ਸੁਪਰ ਐਕਸਾਈਟਿਡ ਮੈਂ ਐਕਚੁਲੀ ਆਈ ਰੀਅਲੀ ਲਾਈਕ ਟੂ ਯੂਜ ਸਾਟਿਨ ਪਿੱਲੋ ਕੇਸ ਤਾਂ ਕਿ ਮੇਰੇ ਬਾਲ ਸੌਫਟ ਰਹਿਣ ਸੋ ਅਗਰ ਤੁਸੀਂ ਨਹੀਂ ਯੂਜ ਕਰਦੇ ਤਾਂ ਦਿਸ ਇਜ਼ ਅ ਗੁੱਡ ਆਈਡੀਆ ਤੁਸੀਂ ਹਮੇਸ਼ਾ ਆਪਣੇ ਸ਼ੀਟ ਆਪਣੀ ਜਿਹੜਾ ਪਿੱਲੋ ਕੇਸ ਆ ਉਹ ਸੈਟਿਨ ਦਾ ਅੱਛੀ ਕੁਆਲਿਟੀ ਦੀ ਸੈਟਿਨ ਦਾ ਯੂਜ਼ ਕਰਿਆ ਕਰੋ ਤੁਹਾਡੇ ਬਾਲਾਂ ਦੀ ਕੁਆਲਿਟੀ ਅੱਛੀ ਰਹੇਗੀ